ਪੰਜਾਬੀ ਬੋਲਿਆ ਕਰੋ, ਪੰਜਾਬ ਦੇ ਰਹਿਣ ਵਾਲੇ ਆ। ਬਿਲਕੁਲ। ਹਵੇਲੀ ਦਾ ਗੇਟ ਵੇਖੋ ਪੁਰਾਣਾ, ਤੇ ਉਹ ਜਿਨ੍ਹਾਂ ਨੂੰ ਕੁਝ ਖਾਣ ਲਈ ਨਹੀਂ ਆਉਂਦਾ ਸੀ ਉੱਥੇ ਲੱਖਾਂ ਬੰਦੇ ਮਹਾਰਾਜ ਉੱਥੇ ਅੱਜ ਖਾਂਦੇ। ਗੇਟ ਨੂੰ ਤਖਤੇ ਅਜੇ ਵੀ ਲੱਗੇ ਆ, ਪੱਕੇ ਹੀ ਖੋਲ ਛੱਡੇ ਹੁਣ ਤੇ। ਇਹ ਪਚੰਗੀ ਦਾ ਨਾਂ ਤਾਰੂ ਸਿੰਘ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਆ ਪ੍ਰਕਾਸ਼ ਸਿੰਘ, ਤੇ ਆਪਾਂ ਮੋਟਰਸਾਈਕਲ ਦੇ ਉੱਤੇ ਤੁਹਾਨੂੰ ਹੁਣ ਲਾਹੌਰ ਦਿਖਾਉਣ ਲੱਗੇ ਹਾਂ। ਇਨਰ ਲਾਹੌਰ ਜਿਹਨੂੰ ਕਹਿੰਦੇ, ਵਾਲ ਸਿਟੀ ਵੀ ਕਹਿੰਦੇ ਆ, ਅੰਦਰਲਾ ਲਾਹੌਰ, ਪੁਰਾਣਾ ਲਾਹੌਰ। ਤੇ ਇਹ ਵੀਰ ਮੋਟਰਸਾਈਕਲ ਚਲਾਉਂਦੇ ਆ, ਤੈਨੂੰ ਮੈਂ ਦੱਸ ਕੇ ਹਟਿਆ ਕਿ ਮਹੀਨੇ ਬਾਅਦ ਮੈਂ ਮਸਾਂ ਹੀ ਠੀਕ ਹੋਇਆ ਵਾਂ, ਤੇ ਤੂੰ ਭਰਾ ਧਿਆਨ ਨਾਲ ਚਲਾਈ। ਲਾਹੌਰੀਏ ਮੋਟਰਸਾਈਕਲ ਬੜਾ ਖਤਰਨਾਕ ਚਲਾਉਂਦੇ ਜੇ, ਮੈਂ ਤੁਹਾਨੂੰ ਦੱਸ ਦਿੰਦਾ। ਨਹੀਂ ਨਹੀਂ, ਆਪਾਂ ਸੇਫਟੀ ਦੇ ਨਾਲ ਹੀ ਚਲਾਵਾਂਗੇ। ਸੇਫਟੀ ਦੇ ਨਾਲ ਹੀ ਆ। ਚਲੋ ਆਪਾਂ ਆ ਗਏ ਸ਼ਾਹੀ ਮੁਹੱਲਾ। ਸ਼ਾਹੀ ਮੁਹੱਲਾ, ਹਾਂਜੀ, ਇਹਨੂੰ ਹੀਰਾ ਮੰਡੀ ਵੀ ਕਿਹਾ ਜਾਂਦਾ। ਅੱਛਾ, ਹਾਂਜੀ, ਤੇ ਇੱਥੇ ਟਕਸਾਲੀ ਗੇਟ ਨਾ, ਉਹ ਵੀ ਲਾਗੇ ਹੀ ਪੈਂਦਾ। ਇਹ ਪੂਰਾ ਇੱਥੇ ਨਾ ਸ਼ੂ ਮਾਰਕੀਟ ਹੈ, ਜਿਹਦਾ ਖੁੱਸੇ ਵਗੈਰਾ ਤੁਸੀਂ ਪਾਉਂਦੇ ਨਾ। ਹਾਂਜੀ ਹਾਂਜੀ, ਤੁਸੀਂ ਆਪਣੇ ਲੈਫਟ ਵਿਖਾਓ, ਸਾਰੇ ਖੁੱਸਿਆਂ ਦੀ ਮਾਰਕੀਟ ਹੈ। ਅੱਛਾ, ਇਹ ਖੁੱਸਿਆਂ ਦੀ ਮਾਰਕੀਟ ਹੈ ਸਾਰੀ। ਅੱਜ ਬੰਦ ਪਈ ਹੈ ਜੇ ਜਾਂ ਲੇਟ ਖੁੱਲੇਗੀ? ਨਹੀਂ, ਲੇਟ ਖੁੱਲੇਗੀ, 11-12 ਵਜੇ ਖੁੱਲ ਜਾਂਦੀ ਹੈ। ਲਾਹੌਰ ਦੀ ਇਹ ਵੀ ਇੱਕ ਖਾਸੀਅਤ ਹੈ ਜੀ, ਹੁਣ ਵੇਲੇ 11:30-12 ਹੋ ਗਏ ਆ, ਅਜੇ ਅੱਧਾ ਬਾਜ਼ਾਰ ਨਹੀਂ ਖੁੱਲਾ। ਇਹ 1 ਵਜੇ ਦੇ ਕਰੀਬ ਜਾ ਕੇ ਖੁੱਲਣਾ, ਤੇ ਮੁੜ ਕੇ ਰਾਤ ਨਹੀਂ ਜੇ ਲਾਹੌਰੀਏ ਸੌਂਦੇ। ਹਾਂਜੀ ਹਾਂਜੀ ਹਾਂਜੀ। ਤੇ ਹੁਣ ਆਪਾਂ ਨਾ ਆ ਗਏ ਆ ਫੂਡ ਸਟਰੀਟ 'ਚ। ਇੱਥੇ ਹੁਣ ਰਾਤ ਨੂੰ ਨਾ ਬੜੇ ਸਟਾਲਸ ਹੋਣੇ ਫੂਡ ਦੇ। ਅੱਛਾ, ਹੁਣ ਤੇ ਕਾਫੀ ਬੰਦ ਨੇ। ਬਸ ਬਹੁਤ ਮਹਿਮਾਨਵਾਜੀ ਹੁੰਦੀ ਹੈ ਜੀ। ਬਿਲਕੁਲ, ਹੁਣ ਹੁਣ ਕਿਸੇ ਚੀਜ਼ ਦੀ ਲੋੜ ਨਹੀਂ। ਧੰਨਵਾਦ ਤੇਰਾ ਵੀਰ। ਆਪਾਂ ਅੱਜ ਚੱਲੇ ਆ ਭਾਈ ਦੁਨੀ ਚੰਦ ਦੀ ਹਵੇਲੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਪਹਿਲੀ ਵਾਰੀ ਜੋ ਲਾਹੌਰ ਆਏ ਸੀ ਉਦੋਂ ਦਾ ਇਤਿਹਾਸ ਆ। ਵੈਸੇ ਮਹਾਰਾਜ ਜਦੋਂ ਇੱਥੇ ਆਏ ਸੀ, ਮਹਾਰਾਜ ਨੇ ਇੱਕ ਬਾਣੀ ਦੀ ਪੰਕਤੀ ਰਚੀ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਉਹ ਵੀ ਗੱਲ ਉੱਥੇ ਜਾ ਕੇ ਕਰਾਂਗੇ। ਉਹ ਅੱਜ ਦੱਸਦਾ ਵੀ ਲਾਹੌਰ 'ਚ ਖੀਰਲਾ ਦੇਣਾ ਚਾਲੇ ਪੈ ਜਾਣੇ ਸਵੇਰੇ ਅੱਗੇ। ਸੋ ਟ੍ਰੈਫਿਕ ਜਾਮ ਜਿਹੜੀ ਇਹ ਆਮ ਜੀ ਗੱਲ ਆ ਜੀ ਲਾਹੌਰ ਦੇ ਵਿੱਚ। ਆਟੋ ਇੰਨਾ ਜ਼ਿਆਦਾ ਹੈ, ਆਟੋ ਵੀ ਦੂਜੇ ਆ, ਇੱਕ ਤਾਂ ਆਟੋ ਜਿਹੜੇ ਹੁੰਦੇ ਆ, ਇੱਕ ਮੋਟਰਸਾਈਕਲਾਂ ਵਾਲੇ ਆਟੋ ਆ, ਉਸ ਤੋਂ ਬਾਅਦ ਮੋਟਰਸਾਈਕਲ ਆ। ਮੋਟਰਸਾਈਕਲ ਸਾਰੇ ਹੋਂਡਾ ਦੇ ਹੀ ਆ ਮੈਨੂੰ ਲੱਗਦਾ, 99% ਇੱਥੇ। ਹਾਂਜੀ, ਅਤੇ ਉਹ ਵੀ 70cc ਆ, ਪਰ ਭਜਾਉਂਦੇ ਬਹੁਤ ਆ। ਪਛਾਣੋ ਆ ਕਿਤੇ ਕੋਈ ਰੋਡ ਰੂਲ ਹੈਗਾ ਵਾ, ਜਿਹੜਾ ਜਿੱਧਰੋਂ ਦਿਲ ਕਰਦਾ ਉੱਧਰੋਂ ਹੀ ਚੜ੍ਹਦੇ ਹੁੰਦੇ ਕਿ ਨਹੀਂ, ਨਜ਼ਾਰੇ ਲੁੱਟਦੇ ਆ। ਹਾਂਜੀ ਮਹਾਰਾਜ, ਠੀਕ ਠਾਕ ਜੇ? ਅੱਲਾਹ ਦਾ ਸ਼ੁਕਰ, ਆਪ ਸੁਣੇ ਠੀਕ ਹੈ? ਬਹੁਤ ਵਧੀਆ, ਬਹੁਤ ਵਧੀਆ। ਕਿਵੇਂ ਲੱਗਾ ਪਾਕਿਸਤਾਨ? ਪਾਕਿਸਤਾਨ ਬਹੁਤ ਵਧੀਆ ਜੀ, ਹਮੇਸ਼ਾ ਹੀ ਵਧੀਆ ਹੁੰਦਾ। ਤਾਂ ਤੁਸੀਂ ਪੰਜਾਬੀ ਨਹੀਂ ਬੋਲਦੇ ਪੰਜਾਬ 'ਚ? ਪੰਜਾਬ 'ਚ ਉਰਦੂ ਸਪੀਕਿੰਗ ਹੈ। ਪੰਜਾਬੀ ਬੋਲਿਆ ਕਰੋ, ਪੰਜਾਬ ਦੇ ਰਹਿਣ ਵਾਲੇ ਆ। ਪ੍ਰਕਾਸ਼ ਸਿੰਘ ਕਹਿੰਦਾ ਵਾ ਵੀ ਅੰਦਰਲੇ ਬਾਜ਼ਾਰਾਂ 'ਚ ਜਾਣਾ ਹੈ, ਪੂਰੀ ਫੀਲਿੰਗ ਲੈ ਰਿਹਾ। ਇਹ ਹੈਗਾ ਜੀ ਹੁਣ ਮੋਤੀ ਬਾਜ਼ਾਰ, ਜਿੱਥੇ ਜੋੜੇ ਜੋੜੇ ਆ, ਅਤੇ ਆਹ ਹੁਣ ਸਭ ਵੀਰ ਵਿਚਾਰੇ ਆਪਣੀਆਂ ਟਰਾਲੀਆਂ ਅੜਾ ਕੇ ਲੜਦੇ ਇੱਕ ਦੂਜੇ ਨਾਲ। ਅਤੇ ਮਹਾਰਾਜ ਜੀ, ਇਹ ਮਾਰਕੀਟ ਨਾ ਸਵੇਰੇ 4 ਵਜੇ ਖੁੱਲਦੀ ਹੈ ਲਾਹੌਰ 'ਚ। ਅੱਛਾ, ਇਹ ਓਨਲੀ ਮਾਰਕੀਟ ਹੈ ਜਿਹੜੀ ਸਵੇਰੇ 4 ਵਜੇ ਜੁੱਤੀਆਂ ਵਾਲੀ ਮਾਰਕੀਟ ਖੋਲ ਕੇ ਕੀ ਕਰਦੇ ਆ? ਇੱਥੇ ਇਹਨਾਂ ਦਾ ਟ੍ਰੇਡ ਹੀ 4 ਵਜੇ ਸਟਾਰਟ ਹੁੰਦਾ। ਇਹ ਹੋਲਸੇਲ ਮਾਰਕੀਟ ਹੈ ਨਾ। ਅੱਛਾ, ਹੋਲਸੇਲ ਮਾਰਕੀਟ ਆ 4 ਵਜੇ। ਹਾਂਜੀ, ਤੇ ਸ਼ਾਮੀ 4-5 ਵਜੇ ਬੰਦ। ਕਹਿੰਦੇ ਵੀ ਹੁਣ ਆ ਚੂਨਾ ਮੰਡੀ ਸਟਾਰਟ ਹੋ ਗਿਆ ਜੀ। ਇਹ ਕੱਪੜੇ ਦਾ ਬੜਾ ਮਸ਼ਹੂਰ ਬਾਜ਼ਾਰ ਹੈ ਜੀ, ਕੱਪੜੇ ਹੀ ਕੱਪੜੇ ਦੀਆਂ ਦੁਕਾਨਾਂ ਬਸ। ਅੱਗੇ ਵੀ ਆਪਾਂ ਆਏ ਸੀ ਉਸ ਦਿਨ, ਅਤੇ ਕੱਪੜਾ ਹੀ ਕੱਪੜਾ ਜੀ ਆ, ਦੇਖੋ ਸਭ ਦੁਕਾਨਾਂ ਭਰੀਆਂ ਪਈਆਂ। ਅਤੇ ਆਪਾਂ ਜਾ ਰਹੇ ਹਾਂ ਗੁਰਦੁਆਰਾ ਪਹਿਲੀ ਪਾਤਸ਼ਾਹੀ ਦੁਨੀ ਚੰਦ ਦੀ ਜਿਹੜੀ ਹਵੇਲੀ ਸੀਗੀ, ਜਿੱਥੇ ਮਹਾਰਾਜ ਨੇ ਉਹਨੇ ਦਰਸ਼ਨ ਦਿੱਤੇ, ਉਹਨਾਂ ਦਾ ਇਤਿਹਾਸ ਭਾਈ ਨਿਸ਼ਾਨ ਸਿੰਘ ਜੀ ਤੁਹਾਨੂੰ ਆਪ ਉੱਥੇ ਜਾ ਕੇ ਦੱਸ ਦੇਣਗੇ। ਨਾਲ ਸਾਡੇ ਗੁਰਦੁਆਰਾ ਜਨਮ ਅਸਥਾਨ ਦੇ ਗ੍ਰੰਥੀ ਸਿੰਘ ਭਾਈ ਪਰਮਜੀਤ ਸਿੰਘ ਸਿੱਧੂ, ਅਤੇ ਨਾਲ ਭਾਈ ਸ਼ੰਕਰ ਸਿੰਘ ਜੀ, ਉਹ ਵੀ ਗ੍ਰੰਥੀ ਦੀ ਸੇਵਾ ਕਰਦੇ, ਦੋਵੇਂ ਸਾਡੇ ਨਾਲ ਜਾ ਰਹੇ। ਅਤੇ ਨਾਲ ਸਾਡੇ ਕਾਕਾ ਤਾਰੂ ਸਿੰਘ, ਉਹ ਵੀ ਜਾ ਰਿਹਾ। ਆਪਾਂ ਨਾ ਪੂਰਾ 5 ਸਿੰਘਾਂ ਦਾ ਪੂਰੀ ਫੌਜ ਹੋਣ ਜਾ ਰਹੀ ਹਾਂ ਉੱਥੇ। ਇਹ ਚੂਨਾ ਮੰਡੀ ਹੈ, ਇੱਥੇ ਹੀ ਨਾ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜਦੋਂ ਉਹਨਾਂ ਦੇ ਸਿਰ 'ਚੋਂ ਮਾਤਾ ਪਿਤਾ ਦਾ ਚੱਲ ਗਿਆ ਸੀ ਸਾਇਆ, ਅਤੇ ਨਾਨੀ ਉਹਨਾਂ ਨੂੰ ਨਾ ਘੁੰਗਣੀਆਂ ਛੋਲੇ ਨਾ ਬਣਾ ਕੇ ਦਿੰਦੀ ਸੀ ਪੇਟ ਪਾਲਣ ਲਈ। ਅਤੇ ਉਹ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਹੈ। ਉਹ ਛੋਲੇ ਇਸੀ ਜਿੰਨਾ ਗਲੀਆਂ 'ਚ ਆਪਾਂ ਤੁਰੇ ਜਾ ਰਹੇ ਹਾਂ, ਇਸੀ ਗਲੀਆਂ 'ਚ ਵੇਚਦੇ ਹੁੰਦੇ ਸੀ। ਵੇਖੋ, ਉਸ ਗੁਰੂ ਰਾਮਦਾਸ ਮਹਾਰਾਜ ਜੀ 5 ਸਾਲ ਦੀ ਉਮਰ 'ਚ ਨਾ ਉਹਨਾਂ ਨੇ ਪਰਿਵਾਰ ਨੇ ਇਹਨਾਂ ਨੂੰ ਛੱਡ ਦਿੱਤਾ ਸੀ। ਉਹਨਾਂ ਦੇ ਚਾਚੇ ਮਾਮੇ ਤਾਏ ਸਾਰਿਆਂ ਨੇ ਨਾ ਉਹਨਾਂ ਨੂੰ ਕਿਸੇ ਨੇ ਆਪਣਾ ਨਹੀਂ ਬਣਾਇਆ। ਉਹੀ ਗੁਰੂ ਰਾਮਦਾਸ ਮਹਾਰਾਜ ਦੇ ਅਸਥਾਨ ਹੈ ਉੱਥੇ, ਗੁਰਦੁਆਰਾ ਹਰਿਮੰਦਰ ਸਾਹਿਬ ਉੱਥੇ।
ਹੁਣ ਆਪਾਂ ਚੜ੍ਹਦੇ ਪੰਜਾਬ ਤੋਂ ਆ ਮਹਾਰਾਜ ਭਾਈ ਨਿਸ਼ਾਨ ਸਿੰਘ ਜੀ ਵੀ ਆਏ ਨੇ ਮੈਂ ਵੀ ਮਹਾਰਾਜ ਜੀ ਨੇ ਆਪਣਾ ਤਰਸ ਕੀਤਾ ਦਰਸ਼ਨ ਬਖਸ਼ੇ ਤੇ ਕਿੰਨੀ ਵੇਖੋ ਕਿੰਨੀ ਲੱਖਾਂ ਜਿੱਥੇ ਸੰਗਤ ਆਉਂਦੀ ਆ ਤੇ ਸਿਰਫ ਮਹਾਰਾਜ ਜੀ ਦੇ ਇੱਕ ਦਰਸ਼ਨ ਵਾਸਤੇ ਦੋ ਦੋ ਘੰਟੇ ਲਾਈਨਾਂ 'ਚ ਜੱਪ ਕੇ ਲੰਘਦੀ ਹੈ ਤੇ ਉਹ ਜਿਹਨਾਂ ਨੂੰ ਕੁਛ ਖਾਣ ਲਈ ਨਹੀਂ ਆਉਂਦਾ ਸੀ ਉੱਥੇ ਲੱਖਾਂ ਬੰਦੇ ਮਹਾਰਾਜ ਉੱਥੇ ਅੱਜ ਖਾਂਦੇ ਨੇ ਜਿਹਨਾਂ ਦੇ ਉੱਤੇ ਸਾਇਆ ਕੁਛ ਰਹਿਣ ਲਈ ਨਹੀਂ ਆਉਂਦਾ ਸੀ ਉੱਥੇ ਲੱਖਾਂ ਬੰਦੇ ਆ ਕੇ ਰਹਿੰਦੇ ਨੇ ਇੱਧਰ ਰਹਿੰਦੇ ਆ ਤੇ ਇਹ ਦੇਖੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਵੱਡਿਆਈ ਆ ਇਹ ਭਚੰਗੀ ਦਾ ਨਾਂ ਤਾਰੂ ਸਿੰਘ ਹੈ ਜੀ ਕਿੰਨੀ ਉਮਰ ਹੈ ਭਚੰਗੀ ਦੀ 8 ਸਾਲ ਹੈ ਇੱਧਰ ਆ ਜੀ ਦਿੱਲੀ ਦਰਵਾਜ਼ਾ ਤੇ ਦਿੱਲੀ ਦਰਵਾਜ਼ਾ ਜਿਹੜਾ ਇਨਰ ਸਿਟੀ ਦਾ ਤੇ ਉਹਦੇ ਲਾਗੇ ਇਹਨੂੰ ਸਿਰੀਆਂ ਵਾਲਾ ਬਾਜ਼ਾਰ ਕਹਿੰਦੇ ਆ ਪੁਰਾਣੀ ਗਲੀ ਪੁਰਾਣੀ ਇਮਾਰਤ ਦਰਵਾਜ਼ਾ ਵੀ ਪੁਰਾਣਾ ਹੈ ਤਾਂ ਹਵੇਲੀ ਦਾ ਗੇਟ ਵੇਖੋ ਪੁਰਾਣਾ ਸੋ ਤੇ ਉਹ ਜਿਹਨਾਂ ਨੂੰ ਕੁਛ ਖਾਣ ਲਈ ਨਹੀਂ ਆਉਂਦਾ ਸੀ ਉੱਥੇ ਲੱਖਾਂ ਬੰਦੇ ਮਹਾਰਾਜ ਉੱਥੇ ਅੱਜ ਖਾਂਦੇ ਹੁਣ ਆਪਾਂ ਖਲਾਉਂਦੇ ਹਾਂ ਗੇਟ ਦੇ ਅੰਦਰ ਚੱਲਦੇ ਹਾਂ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਸੱਚੇ ਸਤਿਗੁਰੂ ਜਦੋਂ ਸੁਲਤਾਨਪੁਰ ਲੋਧੀ ਵੱਲੋਂ ਆਏ ਸੀਗੇ ਤੇ ਇੱਥੇ ਆਏ ਲਾਹੌਰ 'ਚ ਸਭ ਤੋਂ ਪਹਿਲਾਂ ਇਸ ਏਰੀਏ 'ਚ ਇਹਨੂੰ ਜਵਾਹਰ ਮੱਲ ਦਾ ਚੌਹਟਾ ਕਹਿੰਦੇ ਸੀ ਚੌਹਟਾ ਹੁੰਦਾ ਬਾਜ਼ਾਰ ਤੇ ਜਵਾਹਰ ਮੱਲ ਆਪ 'ਤੇ ਚੜ੍ਹਾਈ ਕਰ ਚੁੱਕੇ ਸੀ ਉਹਨਾਂ ਦਾ ਪੋਤਰਾ ਦੁਨੀ ਚੰਦ ਸੀ ਜਿਹਦੀ ਇੱਥੇ ਹਵੇਲੀ ਸੀ ਅੱਜ ਵੀ ਜਦੋਂ ਆਪਾਂ ਮੇਨ ਐਂਟਰੈਂਸ 'ਤੇ ਆਏ ਪੁਰਾਣੀ ਹਵੇਲੀ ਦੀ ਐਂਟਰੈਂਸ ਤੁਸੀਂ ਦੇਖ ਲਈ ਹੈ ਹੁਣ ਇਹ ਦੁਨੀ ਚੰਦ ਦੀ ਹਵੇਲੀ ਦੇ ਬਾਹਰ 7 ਝੰਡੇ ਝੂਲਦੇ ਸਨ ਜਦੋਂ ਪੁੱਛਿਆ ਇਹ ਝੰਡਿਆਂ ਦਾ ਕੀ ਮਤਲਬ ਹੈ ਪਤਾ ਲੱਗਾ ਕਿ ਜਿਹਦੇ ਕੋਲ 1 ਲੱਖ ਹੋਵੇ ਉਹਦਾ 1 ਝੰਡਾ 2 ਲੱਖ ਵਾਲੇ ਦਾ 2 ਇਸ ਤਰੀਕੇ ਨਾਲ ਇਹ ਦੁਨੀ ਚੰਦ ਬਹੁਤ ਅਮੀਰ ਹੈ ਉਹਨਾਂ ਜ਼ਮਾਨਿਆਂ 'ਚ ਇਹਦੇ ਕੋਲ 7 ਲੱਖ ਦੌਲਤ ਹੈ ਇਸ ਕਰਕੇ ਇਹਦੇ 7 ਝੰਡੇ ਝੂਲਦੇ ਹਨ ਹੁਣ ਗੁਰੂ ਸਾਹਿਬ ਇੱਥੇ ਪਹੁੰਚਦੇ ਹਨ ਜਦੋਂ ਤਾਂ ਇਹ ਦੁਨੀ ਚੰਦ ਆਪਣੇ ਪਿਤਾ ਜਿਹੜੇ ਚੜ੍ਹਾਈ ਕਰ ਚੁੱਕੇ ਹਨ ਉਹਨਾਂ ਦੀ ਯਾਦ ਵਿੱਚ ਸ਼ਰਾਧ ਕਰਾ ਰਿਹਾ ਹੁੰਦਾ ਉਹਨਾਂ ਦੀ ਯਾਦ ਵਿੱਚ ਹੁਣ ਗੁਰੂ ਸਾਹਿਬ ਇੱਥੇ ਆਉਂਦੇ ਹਨ ਤਾਂ ਇਸ ਦੁਨੀ ਚੰਦ ਨੂੰ ਸਮਝਾਉਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਇੱਕ ਤਾਂ ਸ਼ਰਾਧ ਵਾਲਾ ਪੱਖ ਹੈ ਦੂਜਾ ਪੱਖ ਹੈ ਜਿਹੜਾ ਉਹਨੂੰ ਮਾਇਆ ਦਾ ਹੰਕਾਰ ਹੈ ਜਦੋਂ ਮਾਇਆ ਦੇ ਹੰਕਾਰ ਦਾ ਪੱਖ ਇੱਦਾਂ ਹੈ ਕਿ ਗੁਰੂ ਸਾਹਿਬ ਜੀ ਨੇ ਦੁਨੀ ਚੰਦ ਨੂੰ ਕਿਹਾ ਦੁਨੀ ਚੰਦ ਆ ਲੈ ਸਾਡੀ ਇੱਕ ਸੂਈ ਰੱਖ ਲੈ ਅਸੀਂ ਤੇਰੇ ਤੋਂ ਅਗਲੇ ਜਹਾਨ ਵਿੱਚ ਲੈ ਲਵਾਂਗੇ ਤਾਂ ਦੁਨੀ ਚੰਦ ਕਹਿੰਦਾ ਜੀ ਇੱਦਾਂ ਕਿੱਦਾਂ ਹੋ ਸਕਦਾ ਹੈ ਇਸ ਦੁਨੀਆ ਤੋਂ ਨਾਲ ਤਾਂ ਕੁਛ ਵੀ ਨਹੀਂ ਜਾਣਾ ਉਦੋਂ ਗੁਰੂ ਸਾਹਿਬ ਨੇ ਸਮਝਾਇਆ ਜੇ ਇਸ ਦੁਨੀਆ ਤੋਂ ਨਾਲ ਕੁਛ ਨਹੀਂ ਜਾਣਾ ਤਾਂ ਇੰਨੀ ਮਾਇਆ ਪਹਿਲੀ ਗੱਲ ਇਕੱਠੀ ਕਿਉਂ ਕਰਦਾ ਹੈ ਅਤੇ ਦੂਜੀ ਗੱਲ ਉਹ ਮਾਇਆ ਇਕੱਠੀ ਕੀਤੀ ਦਾ ਇੰਨਾ ਵਿਖਾਵਾ ਕਿਉਂ ਕਰਦਾ ਹੈ ਉਦੋਂ ਦੁਨੀ ਚੰਦ ਨੂੰ ਇਹ ਗੱਲ ਸਮਝ ਆਈ ਤਾਂ ਉਸ ਨੇ ਉਹ 7 ਝੰਡੇ ਉਤਾਰ ਦਿੱਤੇ ਸਨ ਹੁਣ ਦੂਜਾ ਪੱਖ ਆਉਂਦਾ ਹੈ ਸ਼ਰਾਧ ਵਾਲਾ ਜਿਹੜਾ ਆਪਣੇ ਪਿਤਾ ਦੀ ਯਾਦ ਵਿੱਚ ਕਰਾ ਰਿਹਾ ਸੀ ਉਸ ਵੇਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਮਝਾਇਆ ਕਿ ਦੁਨੀ ਚੰਦ ਮਨੁੱਖ ਆਪਣੇ ਜਿਉਂਦੇ ਜੀ ਜੋ ਚੰਗੇ ਮਾੜੇ ਕੰਮ ਕਰਦਾ ਹੈ ਉਸੇ ਅਨੁਸਾਰ ਉਹਨੂੰ ਫਲ ਮਿਲਦਾ ਹੈ ਆਪਾਂ ਜਪਜੀ ਸਾਹਿਬ 'ਚ ਵੀ ਪੜ੍ਹਦੇ ਹਾਂ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਇਹੀ ਗੱਲ ਉਦੋਂ ਗੁਰੂ ਸਾਹਿਬ ਜੀ ਨੇ ਆਸਾ ਦੀ ਵਾਰ ਰੂਪ ਸਮਝਾਈ ਸੀ ਅਤੇ ਗੁਰੂ ਸਾਹਿਬ ਜੀ ਨੇ ਇੱਕ ਸਨੈਰੀਓ ਇੱਥੇ ਸਮਝਾਇਆ ਹੈ ਕਹਿੰਦੇ ਜੇ ਮੁਹਾਕਾ ਘਰ ਮੋਹੇ ਪਿਤਰੀ ਦੇ ਜਿਵੇਂ ਇੱਕ ਬੰਦਾ ਚੋਰੀ ਕਰ ਲਏ ਕਿਸੇ ਦੇ ਘਰੋਂ ਉਹ ਚੀਜ਼ ਅੱਗੇ ਕਿਸੇ ਨੂੰ ਦੇ ਦੇਵੇ ਉਹ ਜਿਹੜੀ ਚੀਜ਼ ਅੱਗੇ ਜਿੱਥੇ ਦਿੱਤੀ ਉੱਥੇ ਪਛਾਣੀ ਜਾਵੇ ਵੀ ਇਹ ਤਾਂ ਚੋਰੀ ਕਰਕੇ ਲਿਆਂਦੀ ਹੈ ਤਾਂ ਫਿਰ ਉਹ ਚੋਰ ਦੀ ਵੀ ਬੇਇੱਜ਼ਤੀ ਹੁੰਦੀ ਹੈ ਅਤੇ ਜਿਹੜਾ ਅਪਣਾਉਣ ਵਾਲਾ ਹੋਵੇ ਉਹਦੀ ਵੀ ਬੇਇੱਜ਼ਤੀ ਹੁੰਦੀ ਹੈ ਇੱਦਾਂ ਸਮਝਾਇਆ ਕਿ ਜੇ ਮੁਹਾਕਾ ਘਰ ਮੋਹੇ ਪਿਤਰੀ ਦੇ ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ ਕਹਿੰਦੇ ਜਦੋਂ ਤੁਸੀਂ ਆਪਣੇ ਮਾਤਾ ਪਿਤਾ ਦੇ ਨਿਮਿੱਤ ਕੋਈ ਚੀਜ਼ ਦੇ ਰਹੇ ਹੋ ਕਿ ਉਹਨਾਂ ਤੱਕ ਪਹੁੰਚੇਗੀ ਪਰ ਉੱਥੇ ਉਹ ਚੀਜ਼ ਪਛਾਣੀ ਜਾਣੀ ਕਿ ਇਹ ਇਹਦੀ ਆਪਣੀ ਨਹੀਂ ਹੈ ਇਹਦੀ ਆਪਣੀ ਕਮਾਈ ਨਹੀਂ ਕੋਈ ਹੋਰ ਭੇਜ ਰਿਹਾ ਹੈ ਤਾਂ ਉੱਥੇ ਉਹਨਾਂ ਨੂੰ ਸ਼ਰਮਿੰਦਗੀ ਹੀ ਹੋਏਗੀ ਇਹਦੀ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਅਤੇ ਮਹਾਰਾਜ ਨੇ ਇਸ ਪੰਕਤੀ 'ਚ ਬੜਾ ਸਖਤੀ ਨਾਲ ਬਿਆਨ ਕੀਤਾ ਕਿ ਜਿਹੜਾ ਵਿਚਲਾ ਬੰਦਾ ਇਹੀ ਕੁਰਾਹਾ ਹੁੰਦਾ ਪਾਉਣ ਵਾਲਾ ਇਹ ਉਹਨੂੰ ਕਹਿੰਦਾ ਤੇਰੀ ਚੀਜ਼ ਉੱਥੇ ਤੱਕ ਪੜਾਉਣਾ ਮੇਰਾ ਕੰਮ ਹੈ ਅਤੇ ਉਹ ਬੰਦਾ ਵਿਚਾਰਾ ਦਾਨ ਕਰ ਦਿੰਦਾ ਹੈ ਅੱਗੇ ਪਹੁੰਚਣੀ ਨੂੰ ਦਿਖਾਣੀ ਕਿੰਨੇ ਹੁੰਦੀ ਆ ਆਹ ਵਿਚਲੇ ਵਿਚੋਲੇ ਨੇ ਅਤੇ ਗੁਰੂ ਸਾਹਿਬ ਨੇ ਇਸ ਪੰਕਤੀ 'ਚ ਬੜਾ ਸਾਵਧਾਨ ਹੋ ਕੇ ਸਖਤੀ ਦੇ ਨਾਲ ਕਿਹਾ ਵੱਢੀਏ ਹੱਥ ਦਲਾਲ ਕੇ ਜਿਹੜਾ ਵਿਚੋਲਾ ਹੈ ਨਾ ਦਲਾਲੀ ਕਰਨ ਦਿਆਂ ਵਿੱਚ ਇਹਦੇ ਉਹ ਦਰਗਾਹ ਦੇ ਵਿੱਚ ਹੱਥ ਵੱਢੇ ਜਾਣਗੇ ਇਹਨੂੰ ਇਹ ਸਜ਼ਾ ਮਿਲੇਗੀ ਮੁਸਫੀ ਇਹ ਕਰੇ ਪਰਮੇਸ਼ਰ ਇਹ ਨਿਆਉ ਕਰਦਾ ਹੈ ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਜਿਹੜਾ ਆਪਣੀ ਦੇਹੀ ਵਿੱਚ ਵੱਸਦਿਆਂ ਹੱਥੀਂ ਕਮਾ ਕੇ ਹੱਥੀਂ ਕੋਈ ਵੰਡ ਦਿੰਦਾ ਦਾਨ ਪੁੰਨ ਕਰਕੇ ਜਾਂਦਾ ਅੱਗੇ ਜਾ ਕੇ ਉਹੀ ਮਿਲਦਾ ਹੈ ਇਹੀ ਗੁਰੂ ਸਾਹਿਬ ਜੀ ਨੇ ਸਮਝਾਇਆ ਸੋ ਆਪਾਂ ਨੂੰ ਇਹ ਬਾਰ ਬਾਰ ਗੁਰਬਾਣੀ ਵਿੱਚ ਆਉਂਦਾ ਹੈ ਜੇ ਗੁਰੂ ਨਾਨਕ ਦੇਵ ਸਾਹਿਬ ਨੇ ਮਹਾਰਾਜ ਨੇ ਉਦੋਂ ਵੀ ਕਿਹਾ ਨਾਨਕ ਜੀਓ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ
चुन वख कढे जजमालिया थाओ ना पायन कूड़ियार मोह काले दोजक चालिया तेरे नाए रते से जिण गए हार गए से ठगण वालिया लिख नावे धर्म बहालिया। सो धन धन श्री गुरु नानक देव साहब महाराज की जिहड़ी सराध वाली गल सी गुरु साहब ने समझाया दुनी चंद तू इत्थे लोकां नू लंगर खवाउंदा फिर रहा है तेरा पिता तो जंगल विच बघियाड़ बन के भुखा बैठा है दुनी चंद के पैरों थल्यों जमीन निकल गई है किदां हो सकता है जा उहदे लई खाणा लै जा तां दुनी चंद कहिंदा उह मैनू खा नहीं जाएगा पर गुरु साहब ने कहा नहीं जा तू तेनू कुछ नहीं कहेगा। और इतिहास च इदां मन्निया जांदा है कि दुनी चंद इत्थों गया अपने पिता नू खाणा खवा के आया जिहड़ा बघियाड़ रूप सी फिर उहदी तसली होई। ये बहुत जरूरी है संगत जी इन्हां गल्लां नू समझना ये कोई इतिहासक कथावां नहीं हन कि जिहड़ियां स्वाद लैण लई बणियां हन ये इतिहासक पक्ष हन जिन्हां तों सानू सेध मिलदी है और उन्हां अनुसार असीं जीणा है सेध लै के। पर साडा बहुता जीवन फिर यही कूड कर्म फोकट कर्म करदिया ही निकल रहा है। ये दुनी चंद की हवेली अज भी बाजार के है दिल्ली दरवाजा कहिंदे हन उहदे नाल ही वजीर खां जी की मस्जिद है तो उस लागे ही गली दे विच इत्थे आ के असी पुछ रहे सी पहला कि जो गुरु नानक देव साहब जी महाराज इत्थे आए सी ना उदों इत्थे जो अमृत वेला होया तो इत्थे ना पशु बहुत कट्टे जा रहे सीगे गाइयां वड्डियां जा रही बकरे वड्डे जा रहे तो गुरु नानक देव साहब महाराज ने एक बचन किया है श्लोक वारा ते वधीक विच लाहौर शहर जहर कहर सवा पहर कि अमृत वेले ही इत्थे जहर कहर होण लग पैंदा पशु वड्डे जा रहे खाण वाले खाण वाल नूं मस्त होई जा रहे आ। हुण गुरु नानक देव साहब जी महाराज जदों इत्थों चले गए ये थां दुनी चंद दा घर ही धर्मशाल बन गया ही इत्थे ही संगत कट्ठी होण लग पी इत्थे अमृत वेला करन लग पी संगत कट्ठे हो के उह इनवायरमेंट चेंज हो गया। इतिहास दा ये मनना है कि तीजे पातशाह धन धन श्री गुरु अमरदास साहब जी जदों लाहौर आए उदों संगतां ने कहा महाराज पहले पातशाह आए सी कह गए हन लाहौर शहर जहर कहर सवा पहर हुण गुरु अमरदास जी कहिंदे नहीं हुण की हो गया है लाहौर शहर अमृतसर सिफती का घर कहिंदे हुण जिहड़ा लाहौर शहर है ना ये हुण अमृत का सरोवर बनता जाता है उस सच्चे रब की सिफत का घर बनता जाता है। हुण वैसे तुसीं जे अमृतसर साहब जाओ ना जिथे हाल गेट शुरू हुंदा है उत्थे हाल गेट दे जिहड़ी बिल्डिंग बनी है गेट की उहदे उत्ते लिखिया होया है अमृतसर सिफती का घर पर इन रियलिटी जिहड़ा अमृतसर शहर आ उहदे नाल इहदा कोई लेना देना नहीं। वह पंक्तियां पहले पातशाह ते तीजे पातशाह दियां लाहौर दे प्रथाए ही उचारियां गईयां हन। अज इत्थे एक कमरा है थड़ा है इत्थे तां तां श्री गुरु नानक देव साहब जी की याद है वक्फ बोर्ड इस थां दी पैरवाई कर रहा है। सो संगत जी खुशी की गल है कि थोड़ा समा पहला ही ये थां भावें प्रगट होया ते हुण छेती आस बन रही है कि थां होर वसेगा। इदां ही हुण लाहौर चूना मंडी जिहड़ा तां तां श्री गुरु रामदास साहब जी का प्रकाश स्थान है उतों सिर्फ 5 मिनट तुर के है। सो इदा फिर संगतां इत्थे भी आया करनगियां दर्शन करनगियां ज्यों ज्यों दर्शन करनगियां त्यों त्यों स्थान वसणगे जिन्ना वसणगे उन्ना ही चंगा लगणगे क्योंकि 47 च जो हो गया हुण समा है कि दोबारा ये स्थान वसण ते संगतां वध तों वध दर्शन करन आउण। पर संगत जी इतिहास ते गुरबाणी ये सिख ने पढ़ने हन पर स्वाद लई नहीं सिर्फ इन्हां अनुसार जीवन जीवना है जीवन जाच सीखनी है इतिहास तो भी सेध लैनी है गुरबाणी तो भी सेध लैनी है। वापस मुड़े हाँ तो मैं प्रकाश सिंह नूं कहा भी बाहर नूं हो शहरों थोड़ा ट्रैफिक तो बच जाएंगे आ चंगे बचे ही ट्रैफिक तो आ गेट केड़ा इहनूं केड़ा गेट कहिंदे आ कश्मीरी गेट कश्मीरी गेट है गेट नूं तख्ते अजे भी लगे आ पक्के खोल छड़े हुण ते आ समाधि है जी वस्ती राम जी की ये वैद सीगे बड़े नोन उस वेले सिख राज दे टाइम दे उत्ते दसदे हन। पार्क जिहड़ी आ किले दे बाहर बहुत सोहणी बनी हुई है यही रस्ता आपां गुरद्वारा डेरा साहब जी नूं जा रहे हैं इत्थे ही अपनी रहायश है काफ़ी दिनों तो पार्क दे विच इधर बने हुए है फुहारे बड़े सोहणे चलदे जदों चलाउंदे आ रंग बिरंगे भी रात नूं ते दुनिया काफ़ी आउंदी है कल इत्थे हड़ताल सी उदों पार्क भरी हुई सी बच्चों के नाल बीबियां ते वड्डे भी आउंदे सारे क्रिकेट भी खेडी जांदे आ लॉन्ग क्रिकेट खेडन दे कल